ਅਜੋ ਮਦਰ ਡੇ ਹੈ ਇਹ ਭੈਣ ਆਈ ਹੈ ਇਸ ਸਵੇਰ ਦੇ ਬੱਚਿਆਂ ਦੇ ਮੈਨੂੰ ਕਾਲ ਆ ਰਹੇ ਨੇ ਮੈਸੇਜ ਆ ਰਹੇ ਨੇ ਸਾਰੀ ਕੋਸ਼ਿਸ਼ ਕਰ ਰਹੇ ਹੈ ਵੀ ਮਾਤਾ ਸ਼ੋਧੀ ਗੁਰੂ ਨੂੰ ਕਰ ਰਹੇ ਹਾਂਗੇ ਵੀ ਅਸੀਂ ਥੋੜਾ ਜਿਹਾ ਉਹਦੀ ਜਪਮਤੀ ਮੰਨ ਬਣਾਈਏ ਸਵੇਰ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੱਚ ਦਿਲੋਂ ਧੰਨਵਾਦ ਸਾਰੀਆਂ ਗੱਲਾਂ ਬਾਕੀ ਮੈਂ ਨਹੀਂ ਦੱਸਦਾ ਅਮਰੀ ਸ਼ੋਟ ਮੈਂ ਤਾਂ ਦੋ ਗੱਲਾਂ ਹੀ ਕਰੂੰਗੀ ਇੱਕ ਤਾਂ ਉਹ ਬਾਹਰ ਬੈਠਾ ਹੈ ਪਿੰਡੀ ਜਸਵਾਲ ਉਹ ਹਰੇਕ ਗੱਲ ਤੇ ਉੱਤੇ ਭਗਾਈ ਮਾਰਦਾ ਪਤਾ ਨਹੀਂ ਉੱਥੇ ਕੋਈ ਕੰਮ ਹੈਗਾ ਕਿ ਨਾ ਹੈਗਾ ਉਹਨੇ ਕਿਹਾ ਜੀ ਇਹਦੇ ਮੱਠ ਸੋਲੇ ਦੇ ਅਸੀਂ ਐਡੇ ਬੇਗੈਰ ਦੇ ਲੋਕ ਨਹੀਂ ਹੈਗੇ ਵੀ ਜੇ ਸਾਡੇ ਦਰ ਤੇ ਕੋਈ ਦੁਸ਼ਮਣ ਵੀ ਚੱਲ ਕੇ ਆਵੇ ਨਾ ਅਸੀਂ ਉਹਨੂੰ ਗੇਟ ਨਾ ਖੋਲੀਏ ਜਾਂ ਉਸਨੂੰ ਅੰਦਰ ਬਿਠਾ ਕੇ ਚਾਹ ਪਾਣੀ ਨਾ ਚੀਕ ਸਾਡੇ ਗੇਟ ਤੇ ਸਾਡੇ ਦਰ ਤੇ ਜਿਹੜਾ ਵੀ ਕੋਈ ਆਉਂਦਾ 12 ਮਹੀਨੇ ਹੋ ਗਏ ਅਸੀਂ ਕਦੇ ਕਿਸੇ ਨੂੰ ਐਂ ਨਹੀਂ ਕਿਹਾ ਵੀ ਇਹ ਸਾਡਾ ਸਾਡਾ ਨੇੜੇ ਆ ਜਾਂ ਸਾਡਾ ਦੂਰ ਹੈ ਉਹ ਅਫਸੋਸ ਕਰਨਾ ਇਹ ਨਹੀਂ ਤਾਂ ਅਸੀਂ 11 ਮਹੀਨੇ ਤੋਂ ਕਹਿ ਰਹੇ ਹਾਂ ਵੀ ਸਾਡੇ ਤਾਂ ਹਰੇਕ ਕਮਿਊਨਿਟੀ ਦਾ ਬੰਦਾ ਸ਼ੁਭਦੀਪ ਦਾ ਅਫਸੋਸ ਕਰਕੇ ਗਿਆ ਤੇ ਹਰੇਕ ਨੂੰ ਅਸੀਂ ਵੈਲਕਮ ਕੀਤਾ ਹਰੇਕ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਡੀ ਦੁੱਖ ਦੇ ਵਿੱਚ ਸ਼ਾਮਿਲ ਹੋਇਆ ਤੇ ਕੱਲ ਵਾਲੇ ਭਾਈ ਨੇ ਤਾਂ ਵੱਡਾ ਵੱਡਾ ਦਾੜਾ ਰੱਖ ਕੇ ਉਹਨੇ ਤਾਂ ਕੋਈ ਸ਼ਰਮ ਹੀ ਨਹੀਂ ਮੰਨੀ ਉਹਨੇ ਤਾਂ ਜਾਣੀ ਕਿ ਉਹ ਗੱਲਾਂ ਕੀਤੀਆਂ ਜਿਹੜੀਆਂ ਸਾਡੇ ਜ਼ਖਮਾਂ ਨੂੰ ਇੰਨਾ ਉਧੇੜਿਆ ਉਹਨਾਂ ਨੇ ਕੱਲ ਸਾਰਾ ਦਿਨ ਸਾਰੀ ਰਾਤ ਨੀਂਦ ਨਹੀਂ ਆਈ ਜੀ ਉਹ ਕਹਿੰਦਾ ਜੀ ਇਹਦੇ ਕੋਲ ਇੰਨੇ ਪੈਸੇ ਕਮਾ ਕੇ ਦੇ ਗਿਆ ਉਹ ਤਾਂ ਕਹਿੰਦਾ ਹੁੰਦਾ ਸੀ ਕਿ ਬਾਪੂ ਕਿਸੇ ਮੂਹਰੇ ਹੱਥ ਨਾ ਅੱਡੀ ਬੈਠੇ ਭਾਈ ਜਾਇਓ ਇੰਨਾ ਕੰਮ ਕਰਕੇ ਜਾਊਗਾ ਸਾਨੂੰ ਕੀ ਪਤਾ ਸੀ ਗੱਲਾਂ ਸੱਚੀਆਂ ਨੇ ਇਹ ਪੈਸੇ ਦੀ ਭੁੱਖ ਹੋ ਗਈ ਸੋਨੂੰ ਜਿਹੜੇ ਤੁਸੀਂ ਸਿਆਸਤਾਂ ਨੇ ਮਗਰ ਤੁਰੇ ਫਿਰਦੇ ਹੋ ਵੀ ਸਾਡੇ ਕੋਲ ਤਾਂ ਬਹੁਤ ਕੁਛ ਦੇ ਕੇ ਗਏ ਸਾਨੂੰ ਤਾਂ ਘਰੇ ਮੰਤਰੀ ਬਣਾ ਕੇ ਗਏ ਤਾਂ ਬੈਠੇ ਗਏ ਇਹ ਸਾਨੂੰ ਤਾਂ ਤਾਂ ਵੀ ਨਹੀਂ ਮੁੱਕਦਾ ਸਾਨੂੰ ਉਹਦੀਆਂ ਇੰਨੀਆਂ ਨਸੀਹਤਾਂ ਨਹੀਂ ਲੋੜ ਨਹੀਂ ਪਰ ਐਡੀ ਵੱਡੀ ਉਮਰ ਦੇ ਵਿੱਚੋਂ ਇਹੋ ਜਿਹੇ ਘਟੀਆ ਸ਼ਬਦ ਬੋਲਣੇ ਕੋਈ ਵਧੀਆ ਨਹੀਂ ਹੈਗਾ ਵਧੀਆ ਖਾਨਦਾਨੀ ਵਾਲੀ ਗੱਲ ਨਹੀਂ ਮੈਨੂੰ ਲੱਗੀ ਤੇ ਬਾਕੀ ਗੱਲ ਇਨਸਾਫ ਦੀ ਅਸੀਂ 11 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ ਜੇ ਸਾਨੂੰ ਮੂੰਹ ਚ ਛਾਲ ਮਾਰਨੀ ਕੀ ਤਾਂ ਵੀ ਮਾਰਾਂਗੇ ਭਾਈ ਅਸੀਂ ਆਪਣੇ ਪੁੱਤ ਦਾ ਇਨਸਾਫ ਮੰਗਾਂਗੇ ਜਿੰਨਾ ਚਿਰ ਸਾਡੇ ਚ ਸਾਹ ਨੇ ਜਿਹੜੇ ਫੇਸਬੁੱਕਾਂ ਤੇ ਸਾਨੂੰ ਕਹਿੰਦੇ ਨੇ ਉਹ ਦੱਸ ਦੇਣ ਵੀ ਅਸੀਂ ਕਿਸ ਤਰੀਕੇ ਨਾਲ ਮੰਗੀਏ ਇਨਸਾਫ ਰੱਬ ਨਾਲ ਡਾਂਗਾ ਚੱਕ ਲਈਏ ਕਿ ਉਹ ਸਹੀ ਰਹੂਗਾ ਜੇ ਅਸੀਂ ਕੋਈ ਸਿੱਧੇ ਤਰੀਕੇ ਨਾਲ ਇਨਸਾਫ ਮੰਗਦੇ ਉਹਨੂੰ ਵੀ ਇਨਸਾਫ ਨਹੀਂ ਮੰਗਦੇ ਫਿਰ ਹੋਰ ਦੱਸੋ ਸਾਨੂੰ ਰਹਿਤਾ ਦੇਵੋ ਵੀ ਭਾਈ ਤੁਸੀਂ ਇਸ ਰਸਤੇ ਤੇ ਚੱਲੋ ਅਸੀਂ ਉਹਦੇ ਚੱਲ ਪਾਂਗੇ ਬਸ ਜਿਹੜੀ ਗੱਲ ਰਾਜਨੀਤੀ ਗੱਲ ਸਾਰਾ ਕੁਛ ਰਾਜਨੀਤੀ ਹੋ ਗਿਆ ਸਾਡੇ ਲਈ ਤਾਂ ਰਾਜਨੀਤੀ ਕੋਈ ਗੱਲ ਨਹੀਂ ਕੋਈ ਚੀਜ਼ ਨਹੀਂ ਸਾਡੇ ਲਈ ਤਾਂ ਰਾਜਨੀਤੀ ਹਰੇਕ ਗੱਲ ਨੂੰ ਰਾਜਨੀਤੀ ਨਾਲ ਜੋੜਨਾ ਹਰੇਕ ਗੱਲ ਨੂੰ ਰਾਜਨੀਤੀ ਨਾਲ ਜੋੜਨਾ ਅਸੀਂ ਜਲੰਧਰ ਦੇ ਲੋਕਾਂ ਦਾ ਉਦੋਂ ਵੀ ਧੰਨਵਾਦ ਕਰਦੇ ਸੀ ਅੱਜ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਪਲਕਾਂ ਵਿਛਾ ਕੇ ਸਾਡਾ ਸਨਮਾਨ ਕੀਤਾ ਚਲੋ ਹੋ ਗਈ ਜਿੱਤ ਹਾਰ ਕਿਵੇਂ ਹੁੰਦੀ ਹੈ ਉਹ ਤਾਂ ਸਾਰੇ ਤੁਸੀਂ ਵੀ ਜਾਣਦੇ ਹੋ ਅਸੀਂ ਕਿਹੜਾ ਅਸੀਂ ਵੀ ਨਿਆਣੇ ਨੇ ਤੁਸੀਂ ਵੀ ਨਿਆਣੇ ਨੇ ਹੋ ਜਾਂਦੀਆਂ ਨੇ ਸਭ ਕੁਛ ਹੋ ਜਾਂਦਾ ਹੈ ਪਰ ਜਿੰਨਾ ਉਹਨਾਂ ਨੇ ਸਾਡਾ ਜਲੰਧਰ ਵਾਲਿਆਂ ਨੂੰ ਸਾਥ ਦਿੱਤਾ ਉਹਦਾ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਰਾਜੇ ਸਾਡੇ ਅਸਤਾ ਇਨਸਾਫ ਦੇ ਲੜਦੇ ਆ ਸਾਡਾ ਪੁੱਤ ਸਾਡੇ ਲਈ ਇੰਨਾ ਕੁਛ ਕਰਕੇ ਗਿਆ ਸੀ ਉਹਦਾ ਉਹ ਕਹਿੰਦਾ ਕਿ ਇੰਨਾ ਪੈਸਾ ਕਮਾ ਕੇ ਗਿਆ ਹੱਥ ਤੇ ਹੱਥ ਕਰਕੇ ਬਹਿ ਜਾਓ ਰਾਮ ਰਾਮ ਕਰੂ ਭਾਈ ਸਾਡੇ ਤੇ ਲਾਂਕ ਨਹੀਂ ਇਹ ਜਮਾਂ ਪਿਓ ਦੇ ਜਿਹਦਾ ਸਰਬਨੁੱਤ ਇੰਨਾ ਕੁਛ ਸਾਡੇ ਲਈ ਖੱਟ ਕੇ ਗਿਆ ਹੋਵੇ ਇੰਨੀ ਨੇਕੀ ਖੱਟ ਕੇ ਗਿਆ ਹੋਵੇ ਇੰਨੀ ਦੁਨੀਆਂ ਦਾ ਪਿਆਰ ਸਾਡੀ ਝੋਲੀ ਚ ਪਾ ਕੇ ਗਿਆ ਹੋਵੇ ਤੇ ਅਸੀਂ ਉਹਦਾ ਇਨਸਾਫ ਵੀ ਨਾ ਮੰਗ ਸਕੀਏ ਮੇਰਾ ਕਿਸੇ ਦੇ ਪੁੱਤ ਨੂੰ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਜਦੋਂ ਆਪਦੇ ਤੇ ਬੀਤਦੀ ਹੈ ਨਾ ਉਦੋਂ ਸਾਰਾ ਕੁਛ ਬੰਦੇ ਨੂੰ ਚੇਤੇ ਆਉਂਦਾ ਹੋ ਸਕਦਾ ਕਿ ਪਹਿਲਾਂ ਸਾਨੂੰ ਵੀ ਨਾ ਪਤਾ ਲੱਗਿਆ ਹੋਵੇ
ਪਰ ਵੀਰੋ ਜਿਹੜਾ ਇੱਥੇ ਸੱਚ ਬੋਲੂਗਾ ਉਹਦਾ ਹਮੇਸ਼ਾ ਕਤਲ ਹੁੰਦਾ ਹੋਊਗਾ। ਪਹਿਲਾਂ ਦੀਪ ਸਿੱਧੂ ਸਾਰਾ ਕੁਛ ਛੱਡ ਕੇ ਸਾਡੇ ਲੋਕਾਂ ਵਾਸਤੇ ਖੜਾ ਸੀ, ਉਹਦਾ ਵੀ ਕਤਲ ਹੋ ਗਿਆ। ਉਸ ਤੋਂ ਬਾਅਦ ਸੋਧੀਪ ਨੇ ਵੀ ਜੇ ਆਪਦੇ ਹਲਕੇ ਲਈ ਆਪਦੇ ਪੰਜਾਬ ਲਈ ਕੁਛ ਕਰਨਾ ਚਾਹਿਆ, ਉਹਦਾ ਵੀ ਕਤਲ ਹੋ ਗਿਆ। ਕੀ ਗੱਲ ਹੋਈ? ਐਸ ਵਾਈ ਐਲ ਲਗਾਉਣਾ ਤਾਂ ਬੈਨ ਇੱਕ ਦਿਨ ਚ ਹੋ ਸਕਦਾ, ਤੇ ਸ਼ੁਭਦੀਪ ਦਾ ਇਨਸਾਫ ਕਿਉਂ ਨਹੀਂ ਦੇ ਸਕਦੇ? ਫਿਰ ਅਸੀਂ ਹੋਰ ਕੀ ਕਰੀਏ, ਕਿੱਥੇ ਜਾਈਏ ਦੱਸੋ? ਸਾਡਾ ਤਾਂ ਜਿੰਨਾ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ, ਅਸੀਂ ਤਾਂ ਮਰਦੇ ਦਮ ਤੱਕ ਅਸੀਂ ਇਹਨਾਂ ਨੂੰ ਬੁਰਾ ਹੀ ਕਹਾਂਗੇ। ਸਾਡੇ ਵਾਸਤੇ ਤਾਂ ਬੁਰਾ ਦੌਰ ਹੀ ਆਇਆ ਸੀ। ਆਮ ਆਦਮੀ ਪਾਰਟੀ ਕਾਹਦੀ ਆਈ ਸੀ? ਇੰਨੀਆਂ ਪਾਰਟੀਆਂ ਬਾਅਦ ਸਾਡੇ ਤੋਂ ਸਾਡੇ ਘਰ ਨੂੰ ਪੱਟ ਕੇ ਲੈ ਗਈ। ਸੰਤ ਜੀ ਕੱਲ ਨੂੰ 100 ਕੰਮ ਚੰਗੇ ਵੀ ਕਰ ਦੇਣ, ਸਾਡਾ ਤਾਂ ਪੁੱਤਾਂ ਮੁੜ ਕੇ ਨਹੀਂ ਆਉਣਾ। ਸੰਤ ਦੇ ਵੀ ਚੰਗੇ ਨਹੀਂ, ਬਾਕੀ ਜੋ ਕੁਛ ਇਹਨਾਂ ਦੇ ਨੱਬੇ ਕਰਦੇ ਮੈਂ MLA ਬੋਲੀ ਜਾਂਦੇ ਨੇ, ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਇਹਨਾਂ ਦੇ ਵਿੱਚੋਂ ਬੰਦੇ ਦਾ ਦੋ ਹੀ ਚੰਗੇ ਨੇ, ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ। ਕਮਲ ਵਿਜੇ ਪ੍ਰਤਾਪ ਪੜ੍ਹੇ ਲਿਖੇ ਸੂਝਵਾਨ, ਤੇ ਜਾ ਮੁੰਡਾ ਇੱਕ ਹਰਜੋਤ ਬੈਂਸ ਹੈ, ਉਹਨਾਂ ਦੀਆਂ ਗੱਲਾਂ ਚ ਦਮ ਲੱਗਦਾ। ਬਾਕੀ ਤਾਂ ਸਾਰੇ ਭੁੱਖੇ ਹੀ ਨੇ। ਪਰ ਜਿੱਦਾਂ ਕੋਈ ਇਹਨਾਂ ਤੇ ਪਈ ਨਾ, ਉਹ ਤੇ ਇਹਨਾਂ ਨੂੰ ਪਤਾ ਲੱਗੋ, ਫਿਰ ਰਾਜਨੀਤੀਆਂ ਤਾਂ ਰਾਜੀ ਆਉਂਦੀਆਂ ਜਾਂਦੇ ਰਹਿੰਦੀਆਂ ਨੇ। ਵੋਟਾਂ ਆ 4 ਮਹੀਨੇ ਫਿਰ ਆ ਜਾਣਗੀਆਂ, ਫਿਰ ਆ ਜਾਣਗੀਆਂ, ਆਈ ਜਾਈ ਜਾਣਗੀਆਂ ਨਾ। ਇਹ ਵੋਟਾਂ ਮੈਨੇ ਨਹੀਂ ਰੱਖਦੀਆਂ ਸਾਡੇ ਲਈ, ਸਾਡੇ ਲਈ ਤਾਂ ਸਾਡਾ ਜਵਾਬ ਹੀ ਸੀ ਜੋ ਕੁਛ ਹੈਗਾ ਸੀ। ਪਰ ਜੇ ਆਪਾਂ ਹਜੇ ਵੀ ਅੱਖਾਂ ਨਾ ਖੋਲੀਆਂ ਤਾਂ ਆਪਣੇ ਮਰਦੇ ਰਹਿਣਗੇ, ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਰਨਾ। ਇਹ ਸਾਰੇ ਐਵੇਂ ਜਿਹੀ ਕੁਰਸੀਆਂ ਦਾ ਆਨੰਦ ਮਾਣਦੇ ਰਹਿਣਗੇ, ਤੇ ਆਪਣੇ ਵਰਗੇ ਭੋਲੇ ਭਾਲੇ ਲੋਕਾਂ ਦੇ ਜਵਾਬ ਜਿਹੜੇ ਕੋਈ ਧਰਤੀ ਤੋਂ ਉੱਠ ਕੇ ਜ਼ਮੀਨ ਤੋਂ ਉੱਠ ਕੇ ਆਪਦੀ ਮਿਹਨਤ ਨਾਲ ਅੱਗੇ ਆਉਂਦਾ, ਜਾਂ ਕੋਈ ਕਿਸੇ ਦੇ ਹੱਕ ਦੀ ਗੱਲ ਕਰਦਾ, ਜਾਂ ਸੱਚ ਬੋਲਣ ਦੀ ਗੱਲ ਕਰਦਾ, ਉਹਨੂੰ ਤਾਂ ਹਮੇਸ਼ਾ ਮੌਤ ਹੀ ਮਿਲਦੀ। ਹੁਣ ਆ ਨਤੀਜਿਆਂ ਨੂੰ ਦੇਖ ਕੇ ਤਾਂ ਮਨ ਇੰਨਾ ਉਦਾਸ ਹੋਇਆ ਵੀ ਹਜੇ ਵੀ ਕੋਈ ਅਸਰ ਨਹੀਂ ਹੈਗਾ ਕਿਸੇ ਤੇ, ਵੀ ਹੋਰ ਆਪਾਂ ਕਿੰਨੀਆਂ ਕਬਲੀਆਂ ਦੇਈ ਜਾਵਾਂਗੇ ਆਪਦੇ ਜਵਾਕਾਂ ਨੂੰ। ਬਸ ਇੰਨਾ ਕਹਿੰਦੇ ਹੋਏ ਕਿਵਾਂ ਦੀ ਜਾਚਕਾਂ, ਜੇ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰ।